ठुमरी नाही। लेबर करता सी ठीक है ते बाकी सानू किसे गल दा नहीं पता कि की करता की नहीं करता। मेरा नाम राज वा अमृत पाल ना मेरे बच्चे दा डेढ़ दो साल हो गए पता नहीं वीर जी सानू इन्ना गल्लां दा पता होए ते आए अज दुख तकलीफा क्यों वेखिए। मेरा वीर ते बड़ा सोहना कम ते जांदा हुंदा सी मेरे जेठ ना मिस्त्रियां नाल बाकी सानू किसे गल दा कोई पता नहीं आ। मेहनत करदा ही मेरे जेठ ना कम करदा ही दस जमातां पढ़िया ही नहीं वीर जी सानू किसे गल दा नहीं पता सानू किते गल दा नहीं पता किसे दा भी ये की करदा की नहीं करदा। आखरी बार कदों मिले तुसीं मैनू ते बहुत चेरी हो गया गल कीती नू वी ते मिले नू वी मिलदा ही नहीं सानू मैनू मिलदा ही नहीं ना गल करदा ही आडे नाल नहीं गल कीती। वीर जी किसे गल दा सानू पता ही नहीं पिए केड़ी लाइन च पै गया वा कि ये तक ए चार ही भरा ही ए तीसरा छोटे तीसरे नंबर ते ही एक मेरा लक्कड़ दा काम करदा वड्डा मुंडा एक उदू छोटा लेबर दा करदा वा दूसरे ने भी लक्कड़ दा काम सिखिया वा ओ डरदे ही निकल गए कंपनियां च पुलिस सानू टिकट नहीं ही दिंदी पुलिस वाले कहंदे ही तुसीं मुंडा पेश कराओ अहीं कित्थों कराउंदे जदों सानू किसे गल दा ही नहीं ही पता ओ लेबर दा ही काम करदे भाजी। अज ही आए अहीं सवेरे अहीं आए 2 महीने बाद कर नहीं वीर जी मैं ते हाथ ही जोड़ दी आ जो मेरा जाना ही चला गया आ देखो मैं हाथ जोड़ दी आ ਸਾਨੂੰ 4 ਦਿਨ ਰੱਖਿਆ ਠਾਣੇ ਚ ਮੈਂ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਅਸੀਂ ਚਲ ਗਏ ਨਹੀਂ ਸਾਨੂੰ ਤੇ 20 ਦਿਨ ਵੀ ਨਹੀਂ ਹੋਏ ਅਜੇ ਗਏ ਨੂੰ ਅਸੀਂ ਕਿੱਥੇ ਜਾਂਦੇ ਪਤਾ ਨੀ ਸਰ ਘਰ ਨੀ ਜੀ ਆਉਂਦਾ ਜੀ ਮਤਲਬ 2-2.5 ਸਾਲ ਲਾ ਲੋ ਪਤਾ ਨੀ ਸਰ ਇਹ ਤੇ ਰੱਬ ਜਾਣਦਾ ਜੀ ਇਹ ਤੇ ਰੱਬ ਹੀ ਜਾਣਦਾ ਸਾਨੂੰ ਤੇ ਇਸ ਬਾਰੇ ਪਤਾ ਨੀ ਤੁਹਾਨੂੰ ਜਿਹੜਾ ਹੈਗਾ ਇਸ ਬਾਰੇ ਕਿੱਦਾਂ ਪਤਾ ਲੱਗਾ ਅੱਜ ਦੀ ਘਟਨਾ ਇਹ ਇੱਥੇ ਮੈਂ ਸਰ ਮੈਨੂੰ 3 ਦਿਨ ਛੱਡਿਆ ਨਾ 3 ਦਿਨਾਂ ਬਾਅਦ ਹਾਂਜੀ ਹਾਂਜੀ ਤੇ ਮੈਂ ਰਾਤੀ ਆਇਆ ਤੇ ਦਿਨੇ ਮੈਂ ਰਾਤੀ ਮੈਂ ਆਪਣੀ ਭੈਣ ਕੋਲ ਚਲ ਗਿਆ ਹਾਂ ਤੇ ਸਵੇਰੇ ਮੈਂ ਸੁਖ ਤੇ ਇੱਥੇ ਆ ਤੇ ਮੈਂ ਬੁੱਕਰ ਬੁੱਕਰ ਮਾਰਨ ਡਿਆ ਘਰ ਆਪਣੇ ਤੇ ਮੈਂ ਆਣ ਕੇ ਤੇ ਇੱਥੇ ਮੇਰੇ ਕੋਲ ਮੋਹਤ ਬਾਰ ਬੰਦੇ ਆਏ ਉਹ ਮੈਨੂੰ ਆਂਦੇ ਵੀ ਚੱਲ ਠੀਕ ਆ ਤੂੰ ਘਰ ਆ ਕੇ ਆਪਣੇ ਆ ਗਿਆ
ਤੇ ਵਧੀਆ ਗੱਲ ਆ ਤੇ ਉਹਨਾਂ ਮੁਰਗੇ ਉਹ ਫੋਨਾਂ ਦੇ ਖਬਰ ਆਉਣ ਡਿਆ ਵੀ ਤੇ ਉਹ ਦੱਸਣ ਡਿਆ ਵੀ ਆਹ ਗੱਲ ਹੋ ਗਈ ਤੇ ਇਸ ਤੋਂ ਵੱਧ ਮੈਨੂੰ ਮੁਰਗੇ ਪਤਾ ਹੀ ਨਹੀਂ ਲੱਗਾ। ਤੁਹਾਨੂੰ ਵੀ ਕਹਿਣ ਦਾ ਭਾਵ ਪੁਲਿਸ ਨੇ ਚੱਕਿਆ ਸੀਗਾ? ਹਾਂਜੀ ਹਾਂਜੀ ਚੱਕਿਆ। ਕਿੰਨੇ ਦਿਨ ਹੋ ਗਏ ਤੁਹਾਨੂੰ ਪੁਲਿਸ ਨੇ ਖੜਾ? ਸਾਨੂੰ ਦਿੱਲੀੋਂ ਚੱਕਿਆ ਜੀ। ਕਿਹੜੀ ਪੁਲਿਸ ਸੀ? ਇਹ ਸੀਏ ਟਾਪ ਗਏ। ਕਿੱਥੋਂ ਦੀ ਪੁਲਿਸ? ਸੀਏ ਟਾਪ ਤੋਂ। ਦਿੱਲੀ? ਹਾਂਜੀ। ਨਹੀਂ ਕਿੱਥੇ ਲੈ ਗਏ ਸੀਗੇ? ਮਤਲਬ ਸਾਨੂੰ ਜੰਡਿਆਲੇ ਲਾਇਆ ਨਾ। ਤੁਹਾਨੂੰ ਪੁਲਿਸ ਕਿੱਥੇ ਲੈ ਗਏ? ਹਾਂਜੀ। ਪੁਲਿਸ ਕਿੱਥੇ ਲੈ ਕੇ ਗਈ ਸੀ? ਸਾਨੂੰ ਪੁਲਿਸ ਨੇ ਤੇ ਖੜਿਆ ਮਤਲਬ ਇੱਥੇ ਥਾਣੇ ਰੱਖਿਆ। ਅੱਛਾ। ਹਾਂਜੀ ਬੇ ਛੜਤਾ। ਤੇ ਸਾਨੂੰ ਬਾਕੀ ਨਹੀਂ ਚਲੋ। ਪਹਿਲਾਂ ਦੇ ਮਜ਼ਦੂਰੀ ਕਰਦਾ ਸੀ, ਰਾਜ ਮਿਸਤਰੀ ਦਾ ਨਾਲ ਲੇਬਰ ਕਰਦਾ ਸੀ। ਕਿੰਨੀ ਉਮਰ ਹੈਗੀ? ਉਮਰ ਤਾਂ ਚਲੋ 20 ਸਾਲ ਹੋਊਗੀ। ਹਾਂਜੀ ਠੀਕ ਹੈ। ਤੇ ਹੁਣ ਕਿੰਨਾ ਚਿਰ ਘਰ ਤੋਂ ਨਿਕਲਿਆ? 2.5 ਸਾਲ। ਹਾਂਜੀ ਠੀਕ ਹੈ। ਤੇ ਹੁਣ ਪੁਲਿਸ ਨੇ ਕੋਈ ਧਰਨਾ ਰਾਬਤਾ ਕੀਤਾ ਅੱਜ ਦੀ ਇਸ ਘਟਨਾ ਤੋਂ ਬਾਅਦ ਚ? ਨਹੀਂ, ਸਾਡੇ ਨਾਲ ਘਾਟਾ ਕੀ ਉਹਨਾਂ ਕੀ ਕਰਨਾ ਵਾ, ਸਾਨੂੰ ਸਿਰਫ ਲੈ ਕੇ ਜਾਂਦੇ ਛੱਡ ਦਿੰਦੇ ਸੀ ਤੇ ਇਹੋ ਵੀ ਅਸੀਂ ਮੁੜ ਕੇ ਆਪਣਾ ਘਰ ਛੱਡ ਕੇ ਚੱਲ ਜਾਂਦੇ ਹਾਂ ਵੀ ਸਾਨੂੰ ਤੰਗ ਹੁੰਦੇ ਹਾਂ ਤੇ ਮੁੜ ਕੇ ਅਸੀਂ ਘਰੋਂ ਚੱਲ ਗਏ। ਆਹ ਮਹੀਨੇ ਡੇਢ ਮਹੀਨੇ ਬਾਅਦ ਆਣ ਕੇ ਬੂਹਾ ਖੋਲਿਆ ਜੀ ਅੱਜ, ਉਹ ਵੀ ਸਵੇਰੇ ਮਹੀਨੇ ਡੇਢ ਮਹੀਨੇ ਬਾਅਦ ਆਏ। ਹਾਂਜੀ ਹਾਂਜੀ। ਤੇ ਡੇਢ ਮਹੀਨੇ ਹੋਰ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਇੱਥੇ? ਸਾਡੀ ਬਜ਼ੁਰਗ ਰਹਿੰਦੀ, ਉਹ ਤੇ ਇੱਥੇ ਕਿਸੇ ਦੇ ਘਰ ਰਹਿੰਦੀ ਸੀ। ਅੱਛਾ। ਉਹ ਮਾਤਾ ਸਾਡੀ ਦਾਦੀ ਉੱਥੇ ਛੱਡ ਆਏ ਆ ਪਿੰਡ ਦੇ ਮੋਹਤਬਾਰ। ਅੱਛਾ। ਇਹ ਮਤਲਬ ਤੂੰ ਆਪਣਾ ਰੋਟੀ ਪਾਣੀ ਖਾਈ ਜਾ ਵੀ ਅਸੀਂ ਉਹਨੂੰ ਕਿੱਥੋਂ ਦੇਣਾ, ਅਸੀਂ ਆਪ ਨਹੀਂ ਜਾਣ ਲਗਾਉਂਦੇ ਫਿਰਦੇ। ਬਾਕੀ ਬੱਚੇ ਮੇਰੇ ਕੰਪਨੀ ਚ ਕੰਮ ਕਰਦੇ। ਹਾਂਜੀ। ਤੇ ਜਿਹੜਾ ਹੁਣ ਤੱਕ ਦੀ ਗੱਲ ਕਰੀਏ, ਜੇ ਡੇਢ ਮਹੀਨੇ ਬਾਅਦ ਤੁਸੀਂ ਆਏ ਹੋ ਤੇ ਕਿਤੇ ਨਾ ਕਿਤੇ ਪੁਲਿਸ ਵੱਲੋਂ ਬਾਰ-ਬਾਰ ਗੇੜਾ ਸੀਗਾ, ਇੱਥੇ ਰੱਖਿਆ ਜਾਂਦਾ ਸੀਗਾ ਘਰ? ਪਤਾ ਨਹੀਂ ਜੀ, ਇਹ ਤੇ ਪਿੰਡ ਵਾਲਿਆਂ ਨੂੰ ਪਤਾ ਹੋਊ, ਅਸੀਂ ਕਿਹੜੀ ਵੇਖੀ ਇੱਥੇ। ਤੁਸੀਂ ਘਰ ਛੱਡਣ ਦਾ ਕਾਰਨ ਮਤਲਬ ਪੁਲਿਸ ਦੇ ਦਬਿਸ਼ ਹੀ ਕਿਤੇ ਨਾ ਕਿਤੇ? ਅਸੀਂ ਮਤਲਬ ਦਿੱਲੀ ਚਲ ਗਏ ਹਾਂ। ਡੈਡ ਬੋਡੀ ਜਿਹੜੀ ਆ ਉਹ ਲੈਣ ਜਾ ਰਹੇ ਹੋ? ਜਾਣਾ ਹੈ ਬਹੁ ਭਾਜੀ। ਹਾਂਜੀ। ਮਤਲਬ ਪੁਲਿਸ ਨੇ ਰਾਬਤਾ ਦੱਸਿਆ ਤੁਹਾਨੂੰ ਕਿੱਥੇ ਆ? ਨਹੀਂ, ਸਾਰੇ ਜੇ ਦੱਸਿਆ ਨਹੀਂ ਕੋ। ਠੀਕ ਹੈ। ਹਾਂਜੀ। ਪੁਲਿਸ ਨਾਲ ਸੰਪਰਕ ਕਰਕੇ ਜਾਊਗੇ ਹਲੇ ਲੈਣ? ਹਾਂ। ਚਲੋ, ਮੇਰੇ ਮੋਹਤਬਾਰ ਬੰਦੇ ਗਏ ਇੱਥੋਂ, ਉਹ ਗੱਲਬਾਤ ਕਰਨਗੇ ਤੇ ਜਾਣਾ ਪਊਗਾ। ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲ? ਕੀ ਮੰਗ ਕਰੀਏ ਸਰ, ਹੁਣ ਸਾਡੇ ਹੱਥੋਂ ਮਾਡਾ ਬੱਚਾ ਖੁੱਚ ਗਿਆ, ਅਸੀਂ ਕੀ ਮੰਗ ਕਰਨੀ? ਸਾਡਾ ਤੇ ਅਸੀਂ ਮੰਗ ਕੀ ਕਰਨੀ ਸੀ? ਮੰਗ ਇਹ ਆ ਵੀ ਸਾਡਾ ਜਿਹੜਾ ਦੂਜਾ ਪਰਿਵਾਰ ਆਪਣੇ ਘਰੇ ਉਹ ਆਪਾਂ ਜਿਹੜਾ